गाइस ब्लॉग दी एंडिंग इज एंड हो गई आज। सो व्हाट्स अप गाइस, की हाल चाल, वी आर बैक। आज दा ब्लॉग करदे आं स्टार्ट। आज दी ब्लॉग दी स्टार्टिंग होई इत्थों। ਤੇ ਗਾਈਜ਼ ਉੱਥੋਂ ਹੋ ਗਿਆ ਆ ਗਏ ਹੁਣ ਵਾਪਸ। ਅੱਜ ਦੇ ਵਲੋਗ 'ਚ ਤੁਹਾਨੂੰ ਸਟਾਰਟਿੰਗ ਕਿੱਦਾਂ ਲੱਗੀ ਕਮੈਂਟ 'ਚ ਜ਼ਰੂਰ ਦੱਸਿਓ। ਤੇ ਗਾਈਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਹੁਣ ਅੱਜ ਦਾ ਵਲੋਗ ਕਰਦੇ ਹਾਂ ਕੰਟੀਨਿਊ। ਪਹਿਲਾਂ ਹੁਣ ਆ ਆਊਟਫਿਟ ਕਰੀਏ ਚੇਂਜ। ਹੁਣ ਤੋਂ ਵੀ ਬਾਹਰੋਂ ਆਵਾਜ਼ਾਂ ਮਾਰਨ ਡਿਆ ਵਾ। ਓਏ ਆ ਗਿਆ। ਤੇ ਹੁਣ ਗਾਈਜ਼ ਕਰਦੇ ਹਾਂ ਆਊਟਫਿਟ ਚੇਂਜ ਤੇ ਨਾਲੇ ਸਿਰ ਪੀਰ ਹੋਣ ਡਈ ਆ ਪੱਗ ਸਵੇਰ ਦੀ ਬਣੀ ਮਨੇਰ ਦੀ। ਬੈਟਰੀ ਵੀ ਗਾਈਜ਼ ਹੁਣ ਡੈਡ ਹੋਈ ਪਈ ਆ 3% ਆ ਤੇ ਚਾਰਜ ਕਰੀਏ ਇਹਨੂੰ ਵੀ। ਤੇ ਗਾਈਜ਼ ਆਊਟਫਿਟ ਕਰ ਲਈ ਚੇਂਜ ਤੇ ਹੁਣ ਲੈ ਕੇ ਆਇਆ ਇਹਨੂੰ ਬਾਹਰ ਮੈਂ ਆ ਮਹਾਨ ਹਸਤੀ ਨੂੰ। ਇਹਦਾ ਚੈੱਕ ਕਰੋ ਅੱਜ ਕਿੱਥੇ ਆਏ ਹਾਂ ਆਪਾਂ। ਆ ਉੱਥੋਂ ਕਾਫੀ ਗਾਂਹ ਚੱਲੇ ਹਾਂ ਹਲੇ ਤੇ। ਜਿਹੜੇ ਪੁਰਾਣੇ ਬੰਦੇ ਤੁਹਾਨੂੰ ਪਤਾ ਹੈਗਾ ਚੱਲਦਾ ਪਿਆ ਹੌਲੀ ਹੌਲੀ। ਆ ਇੱਧਰ ਹੋ ਜਾਈਦਾ ਹੋ ਜਾਈਦਾ। ਤੇ ਗਾਈਜ਼ ਹੁਣ ਚੱਲਦੇ ਹਾਂ ਘਰ ਨੂੰ ਇੱਥੋਂ। ਆ ਵੇਖੋ ਨੋਰਮਲ ਤੁਰਨ ਡਿਆ ਨਾ। ਹੁਣੇ ਆਪ ਨੋਰਮਲ ਕਰਦਾ ਇਹਨੂੰ। ਆ ਵੇਖਿਓ ਖੁੱਲਾ ਠੀਕ ਆ ਹੋ ਗਿਆ ਨੋਰਮਲ। ਬਾਜ ਬਹਿ ਜਾ ਬਹਿ ਜਾ ਮਗਰ 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 ਬਹਿ 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 ਮਗਰ ਮਗਰ ਚੱਲ 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 ਹਾਂ ਨਾ 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 ਚੱਲ ਉਹ ਕੋਈ ਜਾ ਰਿਹਾ ਨੋਰਮਲ ਹੋ ਗਿਆ ਚੱਲ ਹੁਣ ਆ ਰਹੀ ਮੇਨ ਫੰਡਾ ਹੋਰ ਕੱਖ ਨਹੀਂ ਆ ਉਹ ਸਬਰ ਆ ਲਾ ਲਾ ਹੁਣੇ ਮੈਂ ਖੋਲਣੀ ਆ ਹੁਣੇ ਮੈਂ ਖੋਲਣੀ ਹਾਂ ਜੇ ਨਾ ਤਰਾ ਮੈਂ ਖੋਲਣੀ ਹਾਂ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਯਾਰ ਛੱਡ ਦੇ ਛੱਡ ਦੇ ਛੱਡ ਦੇ ਨਹੀਂ ਛੱਡਣੀ। 2 ਮਿੰਟ ਰਜੇ ਮੈਨੂੰ ਦੋਵੇਂ ਹੱਥ ਲਾਉਣੇ ਪੈਣੇ ਛਡਾਉਣ ਵਾਸਤੇ। ਛਡਾ ਕੇ ਦਿਨ ਘਰ ਨਹੀਂ ਆਉਣਾ ਇੱਥੇ ਬੈਠ ਕੇ ਉਤਰ ਆਉਣਾ। ਸਾਡੀ ਗਾਈਜ਼ ਗੋਲੀ ਹੈ ਦੇਖੋ ਇਹ ਹੁਣ ਤੁਰ ਕੇ ਘਰ ਵਾਸਤੇ ਇੱਦਾਂ ਤੁਰਨਾ ਨਹੀਂ ਇਹਨੇ। ਸਬਰ 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 ਇਸੇ ਤੈਨੂੰ ਬਹਿਣ ਦੀ ਜਾ ਸਿਖਾਈ ਵੇਖਿਆ ਬਿਠਾਲਦਾ ਵੇਖਿਆ ਬਿਠਾਲਦਾ ਬਹਿਰਾ ਬਹਿਰਾ ਪਹਿਲਾਂ ਬਹਿ ਪਹਿਲਾਂ ਬਹਿ ਪਹਿਲਾਂ ਬਹਿ ਬਹਿ ਪਹਿਲਾਂ ਬਹਿ ਬਹਿ ਥੱਲੇ ਹਾਂ ਹੁਣ ਆ ਲੈਣਾ ਇਹ ਹਾਂ ਇੱਦਾਂ ਖੋ ਲੈਣੀ ਆ ਫਿਰ ਬਹਿ ਫਿਰ ਬਹਿ ਬਹਿ ਥੱਲੇ 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 ਹਾਂ ਛੱਡ ਦੇ ਯਾਰ ਹਾਂ ਬਹਿਰਾ ਹੁਣ ਬਹਿਰਾ ਫਿਰ ਥੱਲੇ 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 ਹਾਂ ਚੱਲ ਤਾਂ 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 ਥੱਲੇ 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 ਹਾਂ ਤਾਂ 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 ਆ ਤਾਂ ਆ ਤਾਂ ਆ ਤਾਂ ਆ ਤਾਂ ਆ ਹਾਂ ਹਾਂ ਇੱਦਾਂ ਇੱਦਾਂ ਚੱਲ ਹੁਣ ਬਸ ਬਸ ਘਰ ਜਾ ਕੇ ਘਰ ਜਾ ਕੇ ਖਾਣੀ ਘਰ ਜਾ ਕੇ ਠੀਕ ਆ ਸਾਡੀ ਫਿਰ ਉਹ 'ਚ ਪਾ ਲਈ ਆ ਇਹਦੇ ਪੈਕ 'ਚ ਜਿਹੜਾ ਪੋਲੀ ਬੈਗ ਹੁੰਦਾ ਆ ਹੁਣ ਹੋ ਗਿਆ ਬਨੋਰਮਲ ਪੂਰਾ ਹੋ ਗਿਆ ਬਨੋਰਮਲ ਮੇਰੇ ਕੋਲ ਬਹਿਣ ਦੀ ਜਾਂਚ ਖਾਈ ਦੇ ਗਾਈਸ ਉਹ ਸਬਰ ਕਰ ਹੈ ਨਹੀਂ ਹੈ ਮੇਰੇ ਤੋਂ ਘਰ ਜਾ ਕੇ ਫੜਾ ਦਾਂਗੇ ਇਹਨੂੰ ਚੱਲ ਹੁਣ ਚੱਲ ਇੱਧਰ ਨੂੰ ਨਹੀਂ ਇੱਧਰ ਨੂੰ ਹਾਂ ਆਹ ਗਲੇ ਵਾਲੀ ਗਾਈਸ ਉਦੋਂ ਹੀ ਟਾਈਟ ਹੁੰਦੀ ਜਦੋਂ ਜ਼ੋਰ ਲਾਉਂਦਾ ਆ ਉਦੋਂ ਨਹੀਂ ਤਾਂ ਢਿੱਲੀ ਰਹਿੰਦੀ ਆ ਵੇਖ ਲਓ ਹੌਲੀ
ਗੁਰਦੁਆਰਾ ਲੱਗ ਗਿਆ, ਹੁਣ ਗੁਰਦੁਆਰੇ ਜਾਂਦੇ ਹਾਂ। ਅਤੇ ਗਾਈਸ ਕਮੈਂਟ 'ਚ ਜ਼ਰੂਰ ਦੱਸਿਓ ਅੱਜ ਦੀ ਵਲੋਗ ਦੀ ਸਟਾਰਟਿੰਗ ਕਿੱਦਾਂ ਲੱਗੀ ਤੁਹਾਨੂੰ, ਅਤੇ ਵਿੱਚੋਂ ਵਿੱਚ ਇੱਦਾਂ ਦੀ ਜਦੋਂ ਡੈਸਟੀਨੇਸ਼ਨ 'ਤੇ ਜਾਇਆ ਕਰਾਂਗੇ ਉਦੋਂ ਵਲੋਗ ਦੀ ਸਟਾਰਟਿੰਗ ਇੱਦਾਂ ਹੀ ਹੋਇਆ ਕਰੂਗੀ, ਜਾਂ ਫਿਰ ਕੁਛ ਸਸਪੈਂਸ ਨਾਲ ਹੋਇਆ ਕਰੂਗੀ। ਅਤੇ ਚੱਲਦੇ ਹਾਂ ਹੁਣ ਫਿਲਹਾਲ ਘਰ ਨੂੰ, ਇਹਨੂੰ ਲੈ ਕੇ ਅਤੇ ਗੁਰਦੁਆਰੇ ਜਾਣ ਵਾਸਤੇ ਮੈਂ ਕਰਦਾ ਫੋਨ ਇੱਕ ਮਿੰਟ ਨੂੰ, ਅਤੇ ਫਿਰ ਤੂੰ ਚੱਲ ਕਰ, ਚੱਲ ਘਰ ਚੱਲ ਕਰ, ਚੱਲ ਚੱਲੀ ਗਈ, ਚੱਲ 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 ਚੱਲ। ਇੱਥੇ ਸੀਨ ਪੈਣ ਲੱਗਾ, ਉਹ ਭੱਜੀ ਆਉਣੀ ਸਾਹਮਣੇ, ਉਹ ਤੇਰੀ ਨੂੰ ਹੌਲੀ ਹੋ ਜਾ। ਉਹ ਚੱਲ ਗਈ ਹੌਲੀ 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 ਹੌਲੀ। ਗਾਇਸ ਗੁਰਦੁਆਰੇ ਹੋ ਕੇ ਆ ਗਏ ਹਾਂ ਵਾਪਸ, ਅਤੇ ਉਹ ਹਾਲੇ ਤੱਕ ਹੱਡੀ ਖਾਂਦਾ ਪਿਆ, ਆਪਣੀ ਤਾਂ ਕੁਛ ਨਹੀਂ ਖਾਧੀ ਗਈ ਬੂਸ ਜੇਗਾ, ਉਹ ਤਾਂ ਕੁਛ ਨਹੀਂ ਖਾਧੀ ਜਾਣ ਦੀ, ਲੱਗਾ ਪੂਰੇ ਰਗੜੇ ਰਗੜਾ। ਮੁੱਕ ਜੂਗੀ ਅੱਜ ਭਰਾ, ਮੈਂ ਤੁਹਾਨੂੰ ਦੂਜੀ ਕੱਢ ਲਿਆ, ਖਾ ਲਾ ਕਿਤੇ ਨਹੀਂ ਖਾਣ ਲੱਗਾ। ਅੱਛਾ ਖਾ ਲਈ ਆ, ਖਾਲੀ ਸ਼ਾਲੀ ਰਹਿ ਗਿਆ ਉਤਲਾ ਉਹਦਾ, ਮੈਂ ਕਹਾਂ ਪੂਰਾ ਅੰਦਰ ਕਿੱਦਾਂ ਕਈ ਜਾਣ ਡਿਆ ਵਾ, ਖਾ ਖੂ ਲਈ ਹੈ। ਅਤੇ ਗਾਈਸ ਅੱਜ ਦਾ ਵਲੋਗ ਹੋ ਪਾ ਤੁਹਾਨੂੰ ਪਸੰਦ ਆਇਆ ਹੋਊਗਾ, ਦੱਸੋ ਕਿੱਦਾਂ ਦਾ ਲੱਗਾ, ਛੋਟਾ ਹੋਊਗਾ ਪਰ ਇੰਟਰਸਟਿੰਗ ਹੈਗਾ ਆ, ਕੋਈ ਫਾਲਤੂ ਫਜ਼ੂਲ ਨਹੀਂ ਕੰਮ ਕੀਤਾ ਇੱਥੇ ਆਪਾਂ। ਅਤੇ ਗਾਈਸ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ, ਕਿਉਂਕਿ ਚੈਨਲ ਡੇ ਬਾਏ ਡੇ ਗਾਈਸ ਸ਼ੋਰਟ ਵੀਡੀਓ 'ਤੇ ਜਾਣ ਡੀਆਂ ਵਾ, ਸਬਸਕ੍ਰਾਈਬਰ ਵੀ ਆਉਣ ਡੇ ਆ, ਵਿਊ ਵੀ ਆਉਣ ਡੇ ਆ, 1K ਚੱਲਦਾ ਲੱਗਾ ਵਿਊ ਇੱਕ ਤੇ ਚਲੀ ਗਿਆ ਮੇਰੇ ਹਿਸਾਬ ਨਾਲ। ਅਤੇ ਉਹ ਜਿਹੜੀ ਲੌਂਗ ਵੀਡੀਓ ਹੋਈ ਦਾ ਥੋੜ੍ਹਾ ਜਿਹਾ ਹੁਣ ਦਿਨੋ ਦਿਨ ਹਾਲ ਡੈਡ ਹੋਈ ਜਾਣ ਡਿਆ ਥੋੜ੍ਹਾ ਜਿਹਾ, ਇਹ ਗਾਈ ਆਹ ਵੀਡੀਓ ਥੋੜ੍ਹੀ ਜਿਹੀ ਸ਼ੇਅਰ ਕਰ ਦਿਓ, ਤਾਂ ਜੋ ਸਾਡੀ ਜਿਹੜੀ ਲੌਂਗ ਵੀਡੀਓ ਵਾ ਉਹਦਾ ਵੀ ਇੰਪ੍ਰੈਸ਼ਨ ਰੇਟ 1.2K ਇੱਦਾਂ 3K ਇੱਦਾਂ ਜਾਂਦਾ ਰਹੇ, ਉੱਦਾਂ ਦੀ ਜਿਹੜੀ ਪਿਛਲੀ ਵੀਡੀਓ ਉਹਦਾ ਇੰਪ੍ਰੈਸ਼ਨ ਰੇਟ ਤਾਂ ਸਹੀ ਰਿਹਾ ਪਰ ਵਿਊ ਰੇਟ ਥੋੜ੍ਹਾ ਘੱਟ ਰਿਹਾ ਵਾ, ਇੰਪ੍ਰੈਸ਼ਨ ਰੇਟ ਚੱਲ ਗਿਆ ਸੀ ਉਹਦਾ 1.5K। ਅਤੇ ਬਾਕੀ ਸਹੀ ਸੀ ਵੀਡੀਓ ਵੀ, ਅਤੇ ਹੋਪ ਗਾਈਸ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ, ਜਿਹਨੂੰ ਜਿਹਨੂੰ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਗਾਈਸ, ਅਤੇ ਮਿਲਦੇ ਹਾਂ ਨੈਕਸਟ ਵਲੋਗ 'ਚ, ਟਿਲ ਦੈਨ ਬਾਏ ਬਾਏ ਗਾਈਸ। ਗਾਈਸ ਕਮੈਂਟ ਕਰਕੇ ਦੱਸ ਦਿਓ ਫਿਰ ਪੁਰਾਣੇ ਵਾਂਗਾ ਵਲੋਗ ਸ਼ੁਰੂ ਕਰ ਦਈਏ, ਇੱਕ ਦਿਨ ਛੱਡ ਕੇ ਇੱਕ ਜਿੱਦਾਂ ਵਲੋਗ ਆਉਂਦਾ ਰਿਹਾ ਵਾ, ਅਤੇ ਟਰਾਈ ਕਰਾਂਗਾ ਮੈਂ ਛੇਤੀ ਡੇਲੀ ਵਲੋਗ ਲਿਆਉਣ ਦੀ, ਜਦੋਂ 500 ਹੋ ਜਾਣਗੇ ਏਅਰਟੈਲ ਜੁਗਾ, 400 ਦੇ ਹੋ ਗਿਆ ਬਸ 28-29 ਚਾਹੀਦੇ ਹੋਰ। ਅਤੇ ਚਲੋ ਗਾਈਸ ਮਿਲਦੇ ਹਾਂ ਫਿਰ ਨੈਕਸਟ ਵਲੋਗ 'ਚ, ਟਿਲ ਦੈਨ ਬਾਏ ਬਾਏ ਗਾਈਸ।